Hey guys, subscribe and press the bell icon to never miss a video from Gabru. ਮਸ਼ਹੂਰ ਡਾਇਰੈਕਟਰ ਪੰਕਜ ਬੱਤਰਾ ਸਾਨੂੰ ਸਾਰਿਆਂ ਨੂੰ ਆਪਣੀ ਪਿਛਲੀ ਫਿਲਮ ਸੱਜਣ ਸਿੰਘ ਰੰਗਰੂਟ ਨਾਲ ਖੂਬ ਸਾਰਾ ਐਂਟਰਟੇਨ ਕਰਨ ਤੋਂ ਬਾਅਦ ਅਤੇ ਐਕਟਰ ਸਿੰਗਰ ਦਲਜੀਤ ਦੋਸਾਂਝ ਨੂੰ ਪਹਿਲਾਂ ਕਦੀ ਨਾ ਵੇਖੇ ਗਏ ਐਵਟਾਰ ਵਿੱਚ ਦਰਸਾਉਣ ਤੋਂ ਬਾਅਦ ਹੁਣ ਜਿਹੜੇ ਤਿੰਨ ਐਕਟਰਸ ਨਾਲ ਕੰਮ ਕਰਨ ਵਿੱਚ ਮਸ਼ਰੂਫ ਹਨ ਜੀ ਉਹ ਹਨ ਨਿੰਜਾ ਰਣਜੀਤ ਬਾਵਾ ਅਤੇ ਜੱਸੀ ਗਿੱਲ ਪਿਛਲੇ ਦਿਨ ਹੀ ਉਹਨਾਂ ਨੇ ਸੈੱਟਸ ਤੋਂ ਇੱਕ ਪਿਕਚਰ ਵੀ ਸ਼ੇਅਰ ਕੀਤੀ ਸੀ ਜਿਸ ਦੀ ਜਾਣਕਾਰੀ ਤੁਸੀਂ ਸਭ ਤੋਂ ਪਹਿਲਾਂ ਵੇਖੀ ਹੋਣੀ ਹੈ ਸਾਡੇ ਚੈਨਲ ਗੱਭਰੂ 'ਤੇ ਅਤੇ ਹੁਣ ਪੰਕਜ ਬੱਤਰਾ ਜੀ ਪਹੁੰਚ ਗਏ ਹਨ ਜੀ ਪੂਰੇ ਕ੍ਰਿਊ ਨੂੰ ਲੈ ਕੇ ਫੌਰਨ ਲੋਕੇਸ਼ਨ ਵਿੱਚ ਜਿੱਥੇ ਉਹ ਨਿੰਜਾ ਰਣਜੀਤ ਬਾਵਾ ਅਤੇ ਜੱਸੀ ਗਿੱਲ ਨੂੰ ਤੱਤੀ ਚਾਹ ਪਿਲਾ ਕੇ ਦਾਰੂ ਵਾਲਾ ਸੀਨ ਕਰਾਉਣ ਵਿੱਚ ਰੁੱਝੇ ਪਏ ਹਨ। ਯਕੀਨ ਨਹੀਂ ਨਾ ਹੋ ਰਿਹਾ, ਇਸ ਲਈ ਅਸੀਂ ਲੈ ਕੇ ਆਏ ਹਾਂ ਇੱਕ ਐਕਸਕਲੂਸਿਵ ਵੀਡੀਓ ਜਿਹੜੀ ਹੁਣ ਅਸੀਂ ਤੁਹਾਨੂੰ ਵਿਖਾਉਣ ਲੱਗੇ ਹਾਂ। ਇਸ ਫਿਲਮ ਵਿੱਚ ਤਿੰਨੋਂ ਐਕਟਰਸ ਨਾਲ ਜਿਹੜੀ ਐਕਟਰੈਸ ਤੁਹਾਨੂੰ ਵੱਡੇ ਪਰਦੇ ਤੇ ਵੇਖਣ ਨੂੰ ਮਿਲੇਗੀ ਉਹ ਹਾਂਜੀ ਨਵਨੀਤ ਕੌਰ ਢਿੱਲੋਂ। ਦੱਸਣਯੋਗ ਹੈ ਕਿ ਨਵਨੀਤ ਫੈਮਿਨਾ ਮਿਸ ਵਰਲਡ ਇੰਡੀਆ 2013 ਦੇ ਚੈਂਪੀਅਨ ਹਨ ਅਤੇ ਹੁਣ ਤੱਕ 4 ਫਿਲਮਾਂ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ 2 ਪੰਜਾਬੀ, 1 ਤੇਲਗੂ ਅਤੇ 1 ਹਿੰਦੀ ਫਿਲਮ ਸੀਗੀ। ਵੈਲ, ਇਹ ਨਿੱਕੀ ਜਿਹੀ ਖਬਰ ਤਾਂ ਇੱਥੇ ਹੀ ਮੁੱਕਦੀ ਹੈ, ਲੇਕਿਨ ਬਾਲੀਵੁੱਡ ਦੀ ਦੁਨੀਆ ਤੋਂ ਜੁੜੀ ਇਹੋ ਜਿਹੀਆਂ ਹੋਰ ਛੋਟੀਆਂ ਵੱਡੀਆਂ ਖਬਰਾਂ ਲਈ ਤੁਸੀਂ ਸਾਡੇ ਚੈਨਲ ਗੱਭਰੂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਲੇਟੈਸਟ ਅਪਡੇਟਸ ਲਈ ਥੱਲੇ ਦਿੱਤੇ ਗਏ ਬੈੱਲ ਆਈਕਨ ਨੂੰ ਕਲਿੱਕ ਕਰਨਾ ਬਿਲਕੁਲ ਨਾ ਭੁੱਲਿਓ। ਜੇਕਰ ਨਿਊਜ਼ ਵਧੀਆ ਲੱਗੀ ਹੈ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ। ਅਨਟਿਲ ਦੈਨ, ਔਨ ਕੈਮਰਾ ਵਿਦ ਦਲਜੀਤ, ਮੈਂ ਜਸਮੀਤ, ਤੁਹਾਡੇ ਸਾਰਿਆਂ ਤੋਂ ਲੈਣਾ ਇਜਾਜ਼ਤ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।